Hi everyone. Guilds Mentor ਦੇ official YouTube channel ਤੇ ਮੈਂ ਤੁਹਾਡਾ ਸਵਾਗਤ ਕਰ ਰਿਹਾ ਹਾਂ। ਔਰ ਮੈਨੂੰ ਉਮੀਦ ਹੈ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ। ਦੋਸਤੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕਲੈਰੀਕਲ ਸੰਬੰਧ ਚ ਜੋ ਰਿਜ਼ਲਟ ਆਊਟ ਹੋਇਆ ਸੀ ਬਹੁਤ ਵੱਡੀ ਇੰਪੋਰਟੈਂਟ ਅਪਡੇਟਸ ਨਿਕਲ ਕੇ ਆ ਗਈ ਹੈ ਕਿ ਇਹਨਾਂ ਦਾ ਟਾਈਪਿੰਗ ਟੈਸਟ ਅਤੇ ਐਡਮਿਟ ਕਾਰਡ ਦੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਮੈਂ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਕਿ ਤੁਸੀਂ ਕਿਹੜੀ-ਕਿਹੜੀ ਤੁਹਾਨੂੰ ਪਹਿਲੀ ਗੱਲ ਤਾਂ ਡੇਟ ਦਿੱਤੀ ਗਈ ਹੈ ਅਤੇ ਤੁਸੀਂ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰ ਸਕੋਗੇ। ਯਾਦ ਰੱਖਣਾ ਹੈ ਟਾਈਪਿੰਗ ਟੈਸਟ ਸਿਰਫ ਕੁਆਲੀਫਾਈ ਨੇਚਰ ਰਹੇਗਾ ਇਸ ਤੋਂ ਬਾਅਦ ਤੁਹਾਡੀ ਮੈਰਿਟ ਬਣੇਗੀ ਔਰ ਉਸ ਤੋਂ ਬਾਅਦ ਤੁਹਾਨੂੰ ਜੁਆਇਨਿੰਗ ਲੈਟਰ ਦੇ ਦਿੱਤਾ ਜਾਏਗਾ ਜੇ ਤੁਸੀਂ ਚਾਹੋ ਨੇ ਤੁਹਾਡੇ ਤੱਕ ਐਦਾਂ ਹੀ ਸਰਕਾਰੀ ਅਸਾਮੀਆਂ ਲੇਟੈਸਟ ਜਾਣਕਾਰੀ ਪੇਪਰ ਦੇ ਸਬੰਨ ਸਿਲੇਬਸ ਦੇ ਸਬੰਨ ਇੰਪੋਰਟੈਂਟ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੁਸੀਂ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ ਡਿਸਕ੍ਰਿਪਸ਼ਨ ਬਾਕਸ ਦਿੱਤੇ ਹੈ ਕਿ ਇੰਸਟਾਗ੍ਰam ਟੈਲੀਗ੍ਰam ਵਟਸਐਪ ਤੇ ਕਲਿੱਕ ਕਰਕੇ ਜੁੜ ਸਕਦੇ ਹੋ ਜਿੱਥੇ ਇੰਪੋਰਟੈਂਟ ਅਪਡੇਟਸ ਔਰ ਮੈ ਪੰਜਾਬ ਗਵਰਨਮੈਂਟ ਦੇ ਸਾਰੇ ਪੇਪਰਾਂ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਤੇ ਗਿਲਜ਼ 멘ਟਰ ਦੁਆਰਾ ਤੁਹਾਨੂੰ ਰੈਗੂਲਰਲੀ ਟੈਸਟ ਸੀਰੀਜ਼ ਦਿੱਤੀ ਜਾ ਰਹੀ ਹੈ ਤੁਸੀਂ ਹੁਣੇ ਹੀ ਸਾਰੀ ਵੈਬਸਾਈਟ ਤੇ ਜਾ ਕੇ ਆਪਣਾ ਇਨਰੋਲ ਕਰ ਸਕਦੇ ਹੋ ਦੋਸਤੋ ਇਹ ਆਫੀਸ਼ੀਅਲ ਵੈਬਸਾਈਟ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਮੈਂ ਦਿਖਾਉਣਾ ਚਾਹਾਂਗਾ ਕਿ ਟਾਈਪਿੰਗ ਟੈਸਟ ਸ਼ਾਰਟਲਿਸਟਡ ਕੈਂਡੀਡੇਟਸ ਦਾ 15 ਮਾਰਚ ਤੋਂ 21 ਮਾਰਚ 22 ਮਾਰਚ 23 ਮਾਰਚ ਨੂੰ ਹੋਣ ਜਾ ਰਿਹਾ ਹੈ ਯਾਦ ਰੱਖਣਾ ਹੈ ਕਿ ਜਿਨਨੇ ਵੀ ਕੈਂਡੀਡੇਟ ਸ਼ਾਰਟਲਿਸਟ ਹੋਏ ਨੇ ਇਨਾਂ ਦੇ ਸਬੰਧ ਵਿੱਚ ਯਾਦ ਰੱਖਣਾ ਚਾਹੀਏ ਉਹ ਕਲਰਿਕਲ ਜਾਂ ਸਟੈਨੋ ਹੈ ਤੁਹਾਨੂੰ ਐਡਮਿਟ ਕਾਰਡ ਆ ਤੁਹਾਡੀ ਮੇਲ ਤੇ ਸੈਂਡ ਕਰ ਦਿੱਤੇ ਜਾਣਗੇ ਇਹ ਇਸ ਇਨਫੋਰਮੇਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਔਰ ਆਪਣੀ ਤੁਸੀਂ ਮੇਲ ਦੇ ਵਿੱਚੋਂ ਡਾਇਰੈਕਟ ਲਿੰਕ ਤੁਹਾਨੂੰ ਭੇਜਿਆ ਜਾਏਗਾ ਉੱਥੋਂ ਡਾਊਨਲੋਡ ਕਰ ਸਕੋਗੇ ਤਾਂ ਤੁਹਾਡੇ ਕੋਲੇ ਜ਼ਿਆਦਾ ਸਮਾਂ ਨਹੀਂ ਹੈ ਬਲਕਿ ਆਪਣਾ ਜਿੰਨਾ ਵੀ ਕਨਸੈਂਟਰੇਸ਼ਨ ਅਦਰ ਜੋ ਵੀ ਐਗਜ਼ਾਮੀਨੇਸ਼ਨ ਉਹਨਾਂ ਨੂੰ ਛੱਡ ਛੜਾ ਕੇ ਆਪਣਾ ਫੋਕਸ ਕਰਕੇ ਇਸ ਐਗਜ਼ਾਮ ਤੇ ਫੋਕਸ ਕਰੋ ਕਿਉਂਕਿ ਸਿਰਫ ਇੱਥੇ ਟਾਈਪਿੰਗ ਕੁਆਲੀਫਾਈ ਹੋਗੀ ਤਾਂ ਤੁਹਾਡੀ ਜੌਬ ਇੱਥੇ ਪੱਕੀ ਹੋ ਜਾਏਗੀ ਥੈਂਕ ਯੂ ਸੋ ਮੱਚ ਮਿਲਦੇ ਹਾਂ ਨੈਕਸਟ